ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਂਦੇ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਜੀ ਵੀ ਇੱਕ ਦੋ ਜੇ ਤੇ ਮੰਨੀਆਂ ਤੁਰਗੀਆਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਂਦੇ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜੇ ਤੇ ਬੰਨੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਅੱਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਅਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬੋਰਡਰ 'ਤੇ ਭਾਵੇਂ ਖਨੋਰੀ ਬੋਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ਾਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਾ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿੱਕਿਆ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤਕਾ ਕੀਤਾ ਵੀ ਉਹਦੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹਕਤਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਹੈ ਇਸ ਗੱਲ ਨੂੰ ਅਸੀਂ ਐਂ ਸਮਝਦੇ ਆਂ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੀ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਂਝੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਉੱਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਜਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਝਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕੜੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬੈਲਾ ਗਏ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਮਗੇ ਜਦੋਂ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਆਜ਼ਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸਿਲਯਕ ਤੋਂ ਮੋਰ ਜਿਹੜੀ ਮਤਲਬ ਯੂਨਿਟੀ ਹੈ ਜਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਹੈ ਇਹਨਾਂ ਦੀ ਅੱਡ ਜਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਦਾ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲਾੜੇ ਦਿੱਤਾਈ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਰਿਹਾ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਹੀ ਨਹੀਂ ਚਲਾਇਆ ਹੀ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਂਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲਾਜਾਂ ਨੇ ਜਿਹੜੇ ਉਹ ਕਹਿ ਸਕਦੇ ਹਾਂ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆ ਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਕੀਤਾ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨੀ ਕਹਿ ਸਕਦੇ ਆਂ ਵੀ ਉਹ ਮਾੜਾ ਹੋਇਆ ਜੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹਦੇ ਨਾਕੇ ਲਾਇਨੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਤਰੀਕੇ ਨਾਲ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰ ਬੇਨਤੀ ਕਰਨਗੇ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੁਝਾਉਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਹੈ ਤੁਸੀਂ ਸਾਹਜ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਨੇ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਸੋਸ਼ਲ ਮੀਡੀਆ ਚਲਾ ਰਹੇ ਆ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇਬੰਦੀਆਂ ਦੇ ਰੁਕਿਆ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਕਨੌਰੀ ਦੇ ਵਿੱਚ ਹੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਅੱਜ ਮੈਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿੰਦਾ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਿਲਯਕ ਤੋਂ ਮੋਰ ਜਿਹੜੀ ਇੱਕ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਕਿ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲੜੇ ਦਿੱਤਾਈ ਅਸੀਂ ਹੁਣ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਰੀ ਸਵਾਰੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਨਹੀਂ ਚਲਾਇਆ ਨਹੀਂ ਲੈਣੇ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਦੋਲਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਹਸ ਤਰ੍ਹਾਂ ਜੋਗਿੰਦਰ ਸਿੰਘ ਅਗਰਾਹ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਜਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇ ਕੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਹੈ ਇੱਕਦਮ ਇਹ ਨਹੀਂ ਸੀ ਵੀ ਦੋ ਜੇ ਤੇ ਬੰਨੀਆਂ ਤੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਅੱਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਨੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਨੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਲੇ-ਦੁਆਲੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੌਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ गिनती बड़ी है गिनती किड्डी है ऐ बड़ी किड्डी थोड़ी गिनती ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਾ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਦੱਸਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਫੌਰੀ ਤੌਰ ਦੇ ਉਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੰਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰ ਬੇਨਤੀ ਕਰਨਗੇ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਏ ਵੇ ਉ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਹੈ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਛੱਡੀਆਂ ਸਾਰਾ ਕੁੱਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕੜੇ ਵੀ ਸੋਸ਼ਲ ਮੀਡੀਆ ਕਹ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਬੋਲ ਬੈਲਾਗੇ ਕਈ ਵਾਰ ਗ੍ਰਾਂਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜਦੋਂ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹੁੰਚ ਨਹੀਂ ਗਏ ਇਹ ਗੱਲ ਠੀਕ ਨਹੀਂ ਹੈ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਿਲਯੋਕ ਤੋਂ ਮੋਰਚੇ ਦੀ ਇੱਕ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਹੈ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਦਾ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾਈ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਰਿਹਾ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਰੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਨਹੀਂ ਚਲਾਇਆ ਨਹੀਂ ਲੈਣੇ ਕੋਈ ਦੇਣੇ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆ ਗਏ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਗੈਸ ਦੇ ਗੋਲੇ ਛੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਯੂਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣੇ ਜਿਹੜੇ ਉਹ ਕਹਿ ਸਕਦੇ ਹਾਂ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇ ਕੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਜੀ ਵੀ ਦੋ ਜੇ ਤੇ ਮੰਨੀਆਂ ਤੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਹੈ ਤੁਸੀਂ ਸਾਂਝੀ ਦੀ ਗੱਲ ਕਰੀ ਐ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੋਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਕਨੌਲੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਹੈ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰੇ ਕੁੱਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂਗੇ ਕਈ ਵਾਰ ਗ੍ਰਾਂਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮੈ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਿਲਯਕ ਤੋਂ ਮੋਰ ਜਿਹੜੀ ਮਤਲਬ ਯੂਨਿਟੀ ਹੈ ਜਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਇਹ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜਾਈ ਦਿੱਤੀ ਅਸੀਂ ਹੁਣ ਵਿੱਚ ਜਾਵੜੀ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆ ਕੇ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤੋਂ ਜੋਗਿੰਦਰ ਸਿੰਘ ਗਰਾਹਾਂ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਪਰ ਫੈਸਲਾ ਲਿਆ ਕਿ ਟ੍ਰੇਨਰ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਗੈਸ ਦੇ ਗੋਲੇ ਛੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਉਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਆਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਦੋ ਜੇ ਤੇ ਮੰਨੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਦੀ ਵੱਡੀ ਹੈ ਗਿਣਤੀ ਕਿੰਡੀ ਹੈ ਇਹ ਵੱਡੀ ਗੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੈਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿੱਕਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝਦੇ ਆ ਤਰੀਕ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਈ ਸੀ ਕੀ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਹੈ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਛ ਨਾ ਕੁਛ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਏ ਵੇ ਉ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੋਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਆਂਗਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਚੱਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨਹੀਂ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ। ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਅਜ ਮੈਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿ ਰਿਹਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹੁੰਚ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹੀ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜਿਹੀ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਨਯੋਗ ਤੋਂ ਮੋਰਚੀ ਦੇ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਕਿੱਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਹੁਣ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦਾ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਰੀ ਸਵਾਰੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਦੋਲਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸੱਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤੋਂ ਜੋਗਿੰਦਰ ਸਿੰਘ ਅਗਰਾਹਾਂ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੋਗਿੰਦਰ ਅਗਰਾਹਾਂ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਇਹ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਦੋਂ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਛਿੜ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਲ ਪਲਾਜ਼ਾਂ ਦੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਜੀ ਵੀ ਦੋ ਜੱਤੇ ਬੰਦੀਆਂ ਤੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜੱਤੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜੱਤੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੇ ਉਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤਕਾਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕਿਉਂ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਦ੍ਰਿਖਿ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜੱਤੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰ ਬੇਨਤੀ ਕਰਨਗੇ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਂਝੀ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇਬੰਦੀਆਂ ਦੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੀ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਆਮ ਵਿੱਚ ਜਿਹਨਾਂ ਸਾਰੇ ਉਸਾਂ ਦੀਆਂ ਉਹ ਵਿਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਇਹ ਵੀ ਸੋਸ਼ਲ ਮੀਡੀਆ ਕਹਿੰਦਾ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਝੋਲ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਮਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਇਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਿਲਯਕ ਤੋਂ ਮੋਰਚੇ ਦੀ ਇੱਕ ਮਤਲਬ ਜੁਨਟੀ ਹੈ ਜਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾਈ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਰਿਹਾ ਜੀ ਸੱਦਾ ਤੁਸੀਂ ਉਹ ਉੱਤੇ ਲਾਠੀ ਚਾਰਜ ਹੋ ਗਿਆ ਉੱਤੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਐ ਸਭ ਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਉਹ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਦੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਅਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਲਾਈਕ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡ ਹੈ ਚਾਹੇ ਵੱਖ ਹੈ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕੁਸਾਨੀ ਦੇ ਤੁਸੀਂ ਸਾਂਝੀ ਗੱਲ ਕਰੀ ਐ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਉਗਰਾ ਸੋਸ਼ਲ ਮੀਡੀਆ ਚਲਾ ਰਹੇ ਆ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇ ਬੰਦੇ ਨੇ ਰੁਕਿਆ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਕਿ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸੰਭਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭਿ ਝਲੀਆਂ ਸਾਰੇ ਕੁਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕੜੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬੈ ਲੰਗੇ ਕਈ ਵਾਰ ਗ੍ਰਾਂਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਮਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਗੱਲ ਕਰ ਰਿਹਾ ਵੀ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕਰੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਿਹਾ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਨਯੋਗ ਤੋਂ ਮੋਰਚੇ ਦੀ ਇੱਕ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਯਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾ ਅਸੀਂ ਉਵੇਂ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਨਾ ਨਹੀਂ ਕੋਈ ਦੇ ਨਹੀਂ ਅਸੀਂ ਉਹੀ ਜਾ ਕੇ ਵਿਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਭਾ ਇਹ ਕਰਨ ਵੀ ਭਾਈ ਤੁਸੀਂ ਆ ਕੇ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤੋਂ ਜੁਗਿੰਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੁਗਿੰਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਸੀ ਪਰ ਉਹ ਜਥੇਬੰਦੀਆਂ ਦੇ ਨਾਲ ਕੋਈ ਜੜਾ ਕੀ ਸਾਂਝ ਨਹੀਂ ਹੈਗੀ ਸੀ ਕਿਉਂਕਿ ਉਹ ਲੱਗ ਜਾਂਦਾ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਕਹਾ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿ ਉਹ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਹਾਂ ਦੇ ਪ੍ਰਧਾਨ जोगਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜੱਤੇ ਬੰਨੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਅੱਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਨੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਨੀਆਂ ਇਕੱਠੀਆਂ ਹੋਈਆਂ ਭਾਰਤ ਬੰਦ ਉਹਨਾਂ ਨੇ ਭਾਰਤ ਨੂੰ ਅਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੇ ਚ ਕਿਸਾਨ ਪਹੁੰਚੇ ਨਹੀਂ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਗੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਕੀਤਾ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਹਾਂ ਵੀ ਉਹ ਮਾੜਾ ਹੋਇਆ ਜੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲਾਇਨ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਨਾਲ ਜਾਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਹਾਂ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਲੈ ਕੇ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਉਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਨੇ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਗੈਸ ਦੇ ਗੋਲੇ ਛੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਲ ਪਲਾਜ਼ਾ ਨੇ ਜਿਹੜੇ ਉਹ ਕਹਿ ਸਕਦੇ ਹਾਂ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿ ਉਹ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ जोगਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜੇ ਤੇ ਮੰਨੀਆਂ ਤੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੇ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਇੱਕ ਮੀਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਅਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬੋਰਡਰ 'ਤੇ ਭਾਵੇਂ ਖਨੋਰੀ ਬੋਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜਥੇਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਨਿੱਕਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲਾਇਨ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹਕਤਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਹੈ ਇਸ ਗੱਲ ਨੂੰ ਅਸੀਂ ਐ ਸਮਝਦੇ ਆ ਤਰੀਕੇ ਨਾਲ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਲੈ ਕੇ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਇਹ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਏ ਵੇ ਉ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁੱਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨਹੀਂ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮਰ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਗੱਲ ਕਰ ਰਿਹਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਆ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰਚ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਇਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਿਲਯਕ ਤੋਂ ਮੋਰਚੇ ਦੀ ਇੱਕ ਮਤਲਬ ਯੂਨਿਟੀ ਹੈ ਜਿੱਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਿੱਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਨਹੀਂ ਚਲਾਇਆ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨ ਵੀ ਭਾਈ ਤੁਸੀਂ ਆ ਗਏ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤੋਂ ਜੋਗਿੰਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੋਗਿੰਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਇਹ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਸੀ ਪਰ ਉਸ ਉਹ ਜਥੇਬੰਦੀਆਂ ਦੇ ਨਾਲ ਕੋਈ ਜੜਾ ਕੀ ਸਾਂਝ ਨਹੀਂ ਹੈਗੀ ਸੀ ਕਿਉਂਕਿ ਉਹ ਲੱਗ ਜਥੇਬੰਦੀਆਂ ਨੇ ਅਸੀਂ ਆਪਣਾ ਫੈਸਲਾ ਬੇਨਤੀ ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਉਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਲ ਪਲਾਜ਼ਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇ ਕੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜੇ ਤੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ गिनती बड्डी है गिनती किड्डी है ऐ बड्डी किड्डी थोड़ी गिनती ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਂਝੀ ਗੱਲ ਕਰੀ ਐ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਖਨੌਰੀ ਦੇ ਵਿੱਚ ਹੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕੰਮਜਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟਪ ਗਏ ਫਿਰ ਅਗਲੇ ਦਿਨ ਅਸੀਂ ਨਹੀਂ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬਹਿ ਲਾਂਗੇ। ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸਨਯਕ ਤੋਂ ਮੋਰ ਜਿਹੜੀ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਂ ਵਿੱਚ ਚ ਜਾ ਬੜੀ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਰੀ ਸਵਾਰੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦ ਦਾ ਸੱਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤਰ੍ਹਾਂ ਜੋਗਿੰਦਰ ਸਿੰਘ ਗਰਾਹਾ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੋਗਿੰਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਸੀ ਰਸੀ ਕਿ ਸਾਡਾ ਉਹ ਜਥੇਬੰਦੀਆਂ ਦੇ ਨਾਲ ਕੋਈ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਚ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਇਹ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟੀਿੰਗ ਕਰਕੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਵਿਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਨਿੱਕਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕਿਉਂ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝ ਲਿਆ तरीके ਕਰ ਫੌਰੀ ਤੌਰ ਦੇ ਤੇ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਹਮਣੇ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਗਰਾਹ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਚੱਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਕੋਲ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਕਿ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਅੱਜ ਮੈਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿੰਦਾ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਆ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕੱਲੀ ਜਿਹੀ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸਿਲਯਕ ਤੋਂ ਮੋਰਚੇ ਦੀ મતਲਬ ਯੂਨਿਟੀ ਹੈ ਜਥੇ ਬੰਦਿਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇ ਬੰਦਿਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾ ਅਸੀਂ ਉਹ ਵੀ ਚੀਜ਼ਾਂ ਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਨਹੀਂ ਚਲਾਇਆ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤਰ੍ਹਾਂ ਜੋਗਿੰਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੋਗਿੰਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਸੀ ਪਰ ਉਸ ਤੋਂ ਬਾ ਉਜਤੇ ਬੰਦੀਆਂ ਦੇ ਨਾਲ ਕੋਈ ਜੜਾ ਕਿਸਾਂਝ ਨਹੀਂ ਹੈਗੀ ਸੀ ਕਿਉਂਕਿ ਉਹ ਲੱਗ ਜਥੇ ਬੰਦੀਆਂ ਨੇ ਅਸੀਂ ਆਪਣਾ ਫੈਸਲਾ ਅਲੱਗ ਦਿੰਨੇ ਆ ਪਰ ਜਦੋਂ ਅੱਜ ਅਤਿਆਚਾਰ ਹੋਇਆ ਤਾਂ ਅਸੀਂ ਉਹਨਾਂ ਨਾਲ ਖੜੇ ਆ ਅੱਜ ਟ੍ਰੇਨਾਂ ਰੋਕੀਆਂ ਨੇ ਕੱਲ ਨੂੰ ਹੋਰ ਲੋਡ ਪਈ ਕੱਲ ਨੂੰ ਭਾਰਤ ਬੰਦ ਹੋਏਗਾ ਅਗਰ ਬੇਨਤੀ ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਉਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਲ ਪਲਾਜ਼ਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ जोगਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜੇ ਤੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਅੱਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤ ਬੰਦ ਉਹਨਾਂ ਨੇ ਭਾਰਤ ਨੂੰ ਆਲੇ-ਦੁਆਲੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿੱਕਿਆ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਅ ਵੀ ਉਹ ਮਾੜਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾ ਕੇ ਲੈਣ ਜਿਹੜੇ ਉਹ ਨਾ ਕੇ ਨਹੀਂ ਲਾਉਣੇ ਚਾਹੀਦੇ ਜਮੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ तरीके ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਨਾ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਂਝੀ ਦੀ ਗੱਲ ਕਰੀ ਐ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਦੇ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੋਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸੰਭਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜੱਤੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰੇ ਕੁਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕੜੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਝੋਲ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬੈ ਲੰਗੇ ਕਈ ਵਾਰ ਗ੍ਰਾਂਸ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸੰਯੁਕਤ ਮੋਰਚੇ ਦੀ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਦਾ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਹੀ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦਾ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਹ ਦੂਬਾ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਕਿਤੇ ਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਹ ਤੋਂ ਜੁਗਿੰਦਰ ਸਿੰਘ ਅਗਰਾਹ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੁਗਿੰਦਰ ਅਗਰਾਹ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਇਹ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸੁੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿ ਉਹ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਹਾਂ ਦੇ ਪ੍ਰਧਾਨ जोगਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਹ ਤੋਂ ਪਹਿਲਾਂ ਪੰਜਾਬ ਦੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਇੱਕ ਮੀਟਿੰਗ ਕਰਕੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੋਂ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਗਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੈਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਨਿੱਕਿਆ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇੰਨੇ ਹੀ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਜੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹਦੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਹਾਂ ਦੇਖੋ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੁਝਾਉਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਬੱਖਰ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਹ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਗਰਾ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿੰਨਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸੰਭਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਝੱਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਇਹ ਕਹਿੰਦੇ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਹਕ ਸਭ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਮਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਆਜ਼ਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸੰਯੁਕਤ ਮੋਰਚੇ ਦੀ मतलब ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਦਾ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਕਿ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਹ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਰਿਹਾ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸੱਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤੋਂ ਜੋਗਿੰਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੋਗਿੰਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਸੀ ਪਰ ਉਸ ਤੋਂ ਬਾਅਦ ਦਾ ਜਥੇਬੰਦੀਆਂ ਦੇ ਨਾਲ ਕੋਈ ਜਿਹੜਾ ਕਿ ਸਾਂਝ ਨਹੀਂ ਹੈਗੀ ਸੀ ਕਿਉਂਕਿ ਉਹ ਅਲੱਗ ਜਥੇਬੰਦੀਆਂ ਨੇ ਅਸੀਂ ਆਪਣਾ ਫੈਸਲਾ ਅਲੱਗ ਦਿੰਨੇ ਆ ਪਰ ਜਦੋਂ ਅੱਜ ਅਤਿਆਚਾਰ ਹੋਇਆ ਤਾਂ ਅਸੀਂ ਉਹਨਾਂ ਨਾਲ ਖੜੇ ਆ ਅੱਜ ਟ੍ਰੇਨਾਂ ਰੋਕੀਆਂ ਨੇ ਕੱਲ ਨੂੰ ਹੋਰ ਲੋੜ ਪਈ ਕੱਲ ਨੂੰ ਭਾਰਤ ਬੰਦ ਹੋਏਗਾ ਅਗਰ ਹੋਰ ਲੋੜ ਪਈ ਤਾਂ ਅਸੀਂ ਉਹਨਾਂ ਨਾਲ ਖੜਾਂਗੇ ਪਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੇ ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਾ ਰਹੇ ਨੇ ਉਹਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ ਅਤਿਆਚਾਰ ਕਿਸਾਨਾਂ ਦੇ ਉੱਪਰ ਕੀਤਾ ਹੈ ਉਹਨਾਂ ਨੇ ਉਹਨਾਂ ਦੀ ਇਸ ਦੀ ਨਿੰਦਾ ਕੀਤੀ ਹੈ ਵਿਕੀਪੁਰ ਪੰਜਾਬ ਤੱਕ ਸੰਗਰੂਰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸੁੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਲ ਪਲਾਜ਼ਾਂ ਦੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆ ਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿੰਤੀ ਵੱਡੀ ਹੈ ਗਿੰਤੀ ਛਿੱਡੀ ਹੈ ਇਹ ਵੱਡੀ ਗਿੱਡੀ ਥੋੜੀ ਗਿੰਤੀ ਵੱਧ ਗਿੰਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ਗੀਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਬਦਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝ ਲਿਆ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਾ ਹੈ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਂਝੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭਿ ਝਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕੜੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਬਹੁਤ ਵੈਲੰਗ ਹੈ। ਕਈ ਵਾਰ ਗ੍ਰਾਹਕ ਸਭ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਲੂਕ ਤੋਂ ਮੋਰਚੇ ਦੀ ਮਤਲਬ ਯੂਨਿਟੀ ਹੈ ਜਿੱਥੇ ਬੰਦਿਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਿੱਥੇ ਬੰਦਿਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਹ ਵਿੱਚ ਜਾ ਬੜੀ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਰੀ ਸਵਾਰੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਨਹੀਂ ਚਲਾਇਆ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨ ਵੀ ਭਾਈ ਤੁਸੀਂ ਆ ਕੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਜਿਸ ਤਰ੍ਹਾਂ ਜੁਕੇਂਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੁਕੇਂਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਉਹ ਜਥੇਬੰਦੀਆਂ ਦੇ ਨਾਲ ਕੋਈ ਜਿਹੜਾ ਕਿ ਸਾਂਝ ਨਹੀਂ ਹੈਗੀ ਸੀ ਕਿਉਂਕਿ ਉਹ ਅਲੱਗ ਜਥੇਬੰਦੀਆਂ ਨੇ ਅਸੀਂ ਆਪਣਾ ਫੈਸਲਾ ਅਲੱਗ ਦਿੰਨੇ ਆ ਪਰ ਜਦੋਂ ਅੱਜ ਅਤਿਆਚਾਰ ਹੋਇਆ ਤਾਂ ਅਸੀਂ ਉਹਨਾਂ ਨਾਲ ਖੜੇ ਆ ਅੱਜ ਟ੍ਰੇਨਾਂ ਰੋਕੀਆਂ ਨੇ ਕੱਲ ਨੂੰ ਹੋਰ ਲੋਡ ਪਈ ਕੱਲ ਨੂੰ ਭਾਰਤਬੰਦ ਹੋਏਗਾ ਅਗਰ ਹੋਰ ਲੋਡ ਪਈਆਂ ਮੰਗਾ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲਾਜਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਜੀ ਵੀ ਇੱਕ ਦੋ ਜਿਹੇ ਮੰਨੀਆਂ ਦੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਇੱਕ ਮੀਟਿੰਗ ਕਰਕੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੀ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਾ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆਂ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹਦੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ तरीके फौरी तौर दे ऊपर ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫौरी ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੇ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕੰਮਜਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨਹੀਂ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਫਿਰਾਂਗੇ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਜ ਮੈਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿੰਦਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸੰਯੁਕਤ ਮੋਰਚੇ ਦੀ ਇੱਕ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਦਾਨੇ ਦਿੱਤਾਈ ਅਸੀਂ ਉਹੀ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਰਹੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਭਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਕਿਤੇ ਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਹ ਤੋਂ ਜੋਗਿੰਦਰ ਸਿੰਘ ਗਰਾਹਾ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਸੁੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲਾਜਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਲੇ-ਦੁਆਲੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ गिनती बड्डी है गिनती किड्डी है ऐ बड्डी किड्डी थोड़ी गिनती ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਹੈ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤਕਾ ਕੀਤਾ ਵੀ ਉਥੇ ਨਾਕੇ ਲਾਇਨੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚਿਆਂ ਦੀਆਂ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝਦੇ ਆਂ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਬਿਲਡਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੀ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਏ ਵੇ ਉ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਕਨੌਲੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਹੈ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਛੱਡੀਆਂ ਸਾਰਾ ਕੁੱਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬੈ ਲੰਗੇ ਕਈ ਵਾਰ ਗ੍ਰਾਂਸ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿ ਰਿਹਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਿਲਯਕ ਤੋਂ ਮੋਰਚੇ ਦੀ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਦਾ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਕਿ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬਣਾਈ ਮੈ ਲੜੇ ਦਿੱਤਾ ਅਸੀਂ ਹੁਣ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸੱਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜੱਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਫੈਸਲਾ ਇਹਸ ਤਰ੍ਹਾਂ ਜੋਗਿੰਦਰ ਸਿੰਘ ਗਰਾਹਾਂ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਇਹ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਗੈਸ ਦੇ ਗੋਲੇ ਛੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਂਦੇ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇ ਕੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਜੀ ਵੀ ਦੋ ਜੇ ਤੇ ਬੰਨੀਆਂ ਤੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਨੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟੀنگ ਕਰਕੇ ਭਾਰਤ ਦੀਆਂ ਜਿੱਥੇ ਬੰਨੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ गिनती बड्डी है गिनती किड्डी है ऐ गड्डी किड्डी थोड़ी गिनती ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤੱਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝਦੇ ਆ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜੱਤੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੁਝਾਉਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਹਮਣੇ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਉੱਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕੜੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਵੈ ਲਗੇ ਕਈ ਵਾਰ ਗ੍ਰਾਸ ਸਭਾ ਇਦਾਂ ਹੁੰਦਾ ਜਮੈਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਮਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਗੱਲ ਕਹਿਣਾ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮੈਨੂੰ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਆਜਾਦ ਹਾਂ ਅਸੀਂ ਨੇ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੁਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਲ ਪਲਾਜ਼ਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇ ਅਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਕਹਾ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਜਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿ ਉਹ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ जोगਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜੇ ਤੰਦੀਆਂ ਦੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟੀਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤ ਬੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਉਪ ਭਾਵੇਂ ਖਨੋਰੀ ਬਾਰਡਰ 'ਉਪ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ਗੀਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਾ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਨਿੱਕਿਆ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹਦੇ ਨਾਕੇ ਲਾਇਨੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕਿਉਂ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝ ਲਿਆ ਤਰੀਕੇ ਕਰ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਲੈ ਕੇ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਂਝੀ ਦੀ ਗੱਲ ਕਰੀ ਐ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਏ ਵੇ ਉ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕੰਮਜਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬੈਲਾਗੇ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਅੱਜ ਮੈਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਏ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹੁੰਚਾ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਆਜਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਨਯਕਤ ਮੋਰਚੇ ਦੀ ਇੱਕ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾਈ ਅਸੀਂ ਉਵੇਂ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਹੈ ਕਰਨਾ ਵੀ ਭਾਈ ਤੁਸੀਂ ਆ ਗਏ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਸ ਤੋਂ ਬਾਅਦ ਕੱਲ ਨੂੰ ਭਾਰਤ ਬੰਦ ਦਾ ਸੱਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤਰ੍ਹਾਂ ਜੋਗਿੰਦਰ ਸਿੰਘ ਗਰਾਹਾਂ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਅਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿ ਉਹ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆਡਾ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟੀਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆ ਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਪਰ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਉਪ ਭਾਵੇਂ ਖਨੋਰੀ ਬਾਰਡਰ 'ਉਪ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਾ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਕੀਤਾ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਜੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝ ਲਿਆ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੁਚਨ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਹੈ ਤੁਸੀਂ ਸਾਂਝੀ ਗੱਲ ਕਰੀ ਐ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਚੱਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮਰ ਮਗਰ ਗਏ ਉਹ ਪਹਿਲਾਂ ਕਿ ਕਈ ਵਾਰ ਗ੍ਰਾਂਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮੈਨ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਨੂੰ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸਨਯੋਗ ਤੋਂ ਮੋਰਚੇ ਦੀ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾਈ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆਗੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਿੱਤੇ ਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਹ ਸਤੋਂ ਜੋਗਿੰਦਰ ਸਿੰਘ ਗਰਾਹਾਂ ਜਿਹਨਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਮੈਂ ਮੰਗਾ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਂਦੇ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਖਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਉਹ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਮੰਨੀਆਂ ਦੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੇ ਉਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿੰਤੀ ਵੱਡੀ ਐ ਗਿੰਤੀ ਕਿੱਡੀ ਐ ਇਹ ਵੱਡੀ ਕਿੱਡੀ ਥੋੜੀ ਗਿੰਤੀ ਵੱਧ ਗਿੰਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਕਰ ਨੂੰ ਅਸੀਂ ਐ ਸਮਝਦੇ ਆਂ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਾ ਕੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਹਮਣੇ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿਹੜੇ ਬੰਦੇ ਨੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਹੈ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਚੱਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਝੋਲ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮਰ ਮਗਰ ਗਏ ਉਹ ਬਹਿਲਾਂਗੇ ਕਈ ਵਾਰ ਗ੍ਰਾਹਕ ਸਭਾ ਇਦਾਂ ਹੁੰਦਾ ਮੈਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿੰਦਾ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਿਹਾ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਆਜਾ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸੁਯੋਕਤ ਮੋਰਚੇ ਦੀ ਮਤਲਬ ਯੂਨਿਟੀ ਹੈ ਜਥੇਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਹੈ ਇਹਨਾਂ ਦੀ ਅੱਡ ਜਥੇਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾਈ ਅਸੀਂ ਉਹ ਵੀ ਚੀਜ਼ਾਂ ਵੜੀਏ ਇਹ ਵਾਰ-ਵਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿੱਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਭਾ ਇਹ ਕਰਨ ਵੀ ਭਾਈ ਤੁਸੀਂ ਆ ਕੇ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਸ ਤੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸੱਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਜੱਜ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜੱਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਹਸ ਤਰ੍ਹਾਂ ਜੋਗਿੰਦਰ ਸਿੰਘ ਗਰਾਹਾਂ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਗੈਸ ਦੇ ਗੋਲੇ ਛੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣ ਜਿਹੜੇ ਉਹ ਕਹਿ ਸਕਦੇ ਹਾਂ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟੀنگ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਅਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ गिनती बड्डी है गिनती किड्डी है ऐ बड्डी किड्डी थोड़ी गिनती ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ कानूनी पता ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆਂ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੁਝਾਉਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਜਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਂਝੀ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਉੱਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਕਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈਅ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਹੈ ਉਹਦਾ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭਿ ਝਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਝੋਲ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਬਹਿ ਲਾਂਗੇ। ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕਿੱਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਗੱਲ ਕਰ ਰਿਹਾ ਵੀ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਆ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਸੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਹੈ ਇਹ ਇਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜਿਹਾ ਜੇ ਬੰਦੇ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿ ਲਈ ਜਿਹਾ ਜੇ ਬੰਦੇ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਆਜਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸਿਲਕਤ ਮੋਰ ਜਿਹੜੀ ਮਤਲਬ ਯੂਨਿਟੀ ਹੈ ਜਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਹ ਵਿੱਚ ਜਾ ਬੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਇ ਨਹੀਂ ਚਲਾਇ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਭਾ ਇਹ ਕਰਨ ਵੀ ਭਾਈ ਤੁਸੀਂ ਆ ਗਏ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੁਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਚ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੋਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਕਿਸੇ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲਾਜਾਂ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਉਹ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿੰਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇਹ ਨਹੀਂ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤੱਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝ ਲਿਆ ਤਰੀਕੇ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਤੁਸੀਂ ਸਾਹਜ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਗ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਕਰੀਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇਬੰਦੀਆਂ ਦੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਕਨੌਲੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਣੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਸਾ ਸੀ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗਏ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਹਕ ਸਾਹਿਬ ਐਦਾਂ ਹੁੰਦਾ ਜਿਵੇਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਵੋਗੇ ਜਦੋਂ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜੇ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸਨਯੋਗ ਤੋਂ ਮੋਰਚੀ ਦੀ ਮਤਲਬ ਜੁਨਟੀ ਹੈ ਜਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈ ਲੜੇ ਦਿੱਤਾ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਰੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਏ ਨਹੀਂ ਚਲਾਏ ਨਹੀਂ ਲੈਣੇ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆ ਕੇ ਚਾਰ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅਦੋਲਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੋਂ ਬਾਅਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤੋਂ ਜੋਗਿੰਦਰ ਸਿੰਘ ਗਰਾਹਾਂ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਜਾਂ ਨੇ ਜਿਹੜੇ ਉਹ ਕਹਿ ਸਕਦੇ ਹਾਂ ਜਾਮ ਕੀਤੀ ਹੋਈ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇ ਕੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਹੈ ਇੱਕਦਮ ਇਹ ਨਹੀਂ ਜੀ ਵੀ ਦੋ ਜੇ ਤੇ ਬੰਨੀਆਂ ਤੁਰਗੀਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਨੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਨੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਛਿੱਡੀ ਹੈ ਇਹ ਵੱਡੀ ਗਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੈਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਹੈ ਕਾਨੂੰਨੀ ਪਤਾ ਉਹਨਾਂ ਨੇ ਕਿਵੇਂ ਨਿੱਕਿਆ ਹੈ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆਂ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹਦੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੇ ਮੰਗਾਂ ਨੇ ਉਹ ਹੀ ਮੰਗਾਂ ਦੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆਂ तरीके फौरी तौर दे ऊपर ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਲੈ ਕੇ ਦੇਖੋ ਫौरी ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਆਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਾ ਹੈ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਗਰਾਹਾਂ ਵਾਲ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇੱਥੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਛੱਡੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨਹੀਂ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਵੀ ਉਹ ਜਿੱਤ ਕੇ ਨਹੀਂ ਅਸੀਂ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਂਸ ਸਭਾ ਇਦਾਂ ਹੁੰਦਾ ਜਿਵੇਂ ਕਿ ਤੁਹਾਡੀ ਕੇਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਤੁਸੀਂ ਕਿੰਤੀ ਜੀ ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਗੈਸ ਦੇ ਗੋਲੇ ਛੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋ ਰਹੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਉਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੀ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿ ਉਹ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਾਹਾਂ ਦੇ ਪ੍ਰਧਾਨ जोगਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਨਾਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਇੱਕਦਮ ਇਹ ਨਹੀਂ ਜੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤ ਬੰਦ ਉਹਨਾਂ ਨੇ ਭਾਰਤ ਨੂੰ ਅਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨਹੀਂ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਕਿੱਡੀ ਹੈ ਇਹ ਵੱਡੀ ਕਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜਥੇਬੰਦਕ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਆਪਦਾ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਨਿੱਕਿਆ ਇਹ ਪਰ ਉੱਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾੜਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਹੈ ਇਸ ਗੱਲ ਨੂੰ ਅਸੀਂ ਐ ਸਮਝਦੇ ਹਾਂ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਇਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜ਼ਿਟਿਵ ਫੈਸਲਾ ਹੈ ਤੇ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਵੱਖਰਾ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਹੈ ਤੁਸੀਂ ਸਾਹਮਣੇ ਦੀ ਗੱਲ ਕਰੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾਂ ਨੂੰ ਕਿਉਂਕਿ ਮੰਗਾਂ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋਣਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜੱਥੇਬੰਦੀਆਂ ਦੇ ਰੁਕੇ ਹੋਏ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭਿ ਝਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨਹੀਂ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਗ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਪਹਿਲਾਂ ਗਏ ਕਈ ਵਾਰ ਗ੍ਰਾਂਥ ਸਭਾ ਇਦਾਂ ਹੁੰਦਾ ਅੱਜ ਮੈਂ ਕਿ ਤੁਹਾਡੀ ਕਿਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੂਪੀ ਦੇ ਵਿੱਚ ਵੀ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ ਹੋਮਗੇ ਜਦੋਂ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹਨਾਂ ਨੇ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਹੈ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿल्ली ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦ ਹਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਹੈ ਸਿਲਯਕ ਤੋਂ ਮੋਰ ਚ ਦੀ ਇੱਕ ਮਤਲਬ ਯੂਨਿਟੀ ਹੈ ਜਥੇ ਬੰਦਿਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਇਹਨਾਂ ਦੀ ਅੱਡ ਜਥੇ ਬੰਦਿਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਦਿੱਤਾ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਰਿਹਾ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਹੀ ਨਹੀਂ ਚਲਾਇਆ ਹੀ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆ ਗਏ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਜਿੰਨੀਆਂ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਹ ਤੋਂ ਜਗਿੰਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੀ ਵੱਲੋਂ ਉਹ ਆ ਕੇ ਅਥਰੂ ਕਹਾ ਦੇ ਗੋਲੇ ਸਿੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗ ਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਣ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਈ ਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਈ ਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਿੱਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚੋਂ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਕਮੇਟਿੰਗ ਕਰਕੇ ਭਾਰਤ ਦੀਆਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਭਾਰਤ ਮੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੇ ਉਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ गिनती बड्डी है गिनती किड्डी है ऐ बड्डी किड्डी थोड़ी गिनती ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਇਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੱਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਬੱਦਦਾ कानूनी पता ਉਹਨਾਂ ਨੇ ਕਿਵੇਂ ਲਿਖਿਆ ਹੈ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਵੀ ਉਹ ਤੇ ਨਾਕੇ ਲੈਣ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹਕਤਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੇ ਮੰਗਾਂ ਨੇ ਉਹ ਹੀ ਮੰਗਾਂ ਤੇ ਕੇ ਉਹ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐ ਸਮਝਦੇ ਆ ਤਰੀਕੇ ਕਰ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਐ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਣਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰਫ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਬੱਖਰ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਹੈ ਤੁਸੀਂ ਸਾਹਮਣੇ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰ ਰਿਹਾ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਹਾਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ